ईयर अबाउट जेड़ी भी एलईडी ने कोई 11,000 ऑनलाइन कोई 11,500 दी अपने कोले 8,000 रुपए दी जेड़ी मर्जी ले ले कस्टमर दुकानदार वीर भी आ जण इना मार्जिन दुकानदारा कोले भी नहीं होना ਉਹ ਵੀ ਇੱਥੋਂ ਜਿੰਨਾ ਮਰਜ਼ੀ ਚਾਹੇ 200 ਪੱਖਾ ਚੱਕ ਲੈਣਾ ਨਾ ਮੈਂ ਕਹਣਾ ਜੀ ਹਲੇ ਸਟਾਕ 'ਚ ਚਾਹੇ 500 ਚੱਕ ਲੈਣ 1000 ਚੱਕ ਲੈਣ ਕਿਆ ਮਿਕਸਿਸ ਯਾਰ ਰੱਖਿਆ ਤੁਸੀਂ ਨੇ ਇਹ ਕੋਈ ਵੱਡੇ ਆਫਰ 'ਚ ਲੱਗਦੀ ਹੈ ਨਾ ਜੀ ਵੱਡੇ ਆਫਰ 'ਚ ਪਹਿਲਾਂ ਆਪਾਂ ਨੇ ਗੋਬਿੰਦ ਸਿੰਘ ਜੀ ਇਹ 1200 ਦੀ ਬੋਲੀ ਸੀ ਹਾਂਜੀ ਹਾਂ ਹੁਣ ਮੈਂ ਬੋਲ ਕੇ ਦੱਸਦਾ ਜੀ ਮਾਡਲ ਕੱਢ ਲਿਓ ਸਰਚ ਕਰ ਲਿਓ ਪੁੱਛ ਲਿਓ ਇਹ ਲਿਊਮੀਨਸ ਦਾ 1100 ਜਿੱਲੋ ਮਾਡਲ ਹੈ ਜੀ ਜਿੱਲੋ ਪਿਆ ਜੀ ਆਨਲਾਈਨ 7600 ਰੁਪਏ ਦਾ ਜੀ ਆਪਾਂ ਦਵਾਂਗੇ 4000 ਰੁਪਏ ਦਾ ਜਿਹਦੇ ਮਾੜਾ ਮੋਟਾ ਕੋਈ ਸਕ੍ਰੈਚ ਹੋਊਗਾ ਉਹ ਦਵਾਂਗੇ 3500 ਦਾ ਨਾਲ 1 ਸਾਲ ਦੀ ਗਾਰੰਟੀ ਵੀ ਦਵਾਂਗੇ ਜੀ ਮਾਰਕੀਟ ਚੋਂ ਕਿੰਨੇ ਦਾ ਜੀ ਇਹ ਘੱਟੋ ਘੱਟ 18-1900 ਆਪਾਂ 1300 ਰੁਪਏ ਦਾ ਦਵਾਂਗੇ 1300 ਦਾ ਜੀ 1300 ਦਾ ਸ਼ੇਅਰ ਕਰੂਗਾ ਜਿਹੜਾ ਵੀਡੀਓ ਨਹੀਂ 15 ਦਾ ਨਹੀਂ 15 ਦਾ ਜੀ ਨਹੀਂ ਫਿਰ 1500 ਦਾ ਬਈ ਐਦੂ ਵੱਧ ਆਫਰ ਨਹੀਂ ਹੋ ਸਕਦਾ ਤੁਸੀਂ ਆ ਕੇ ਪਹਿਲਾਂ ਰੇਟ ਪੁੱਛ ਲਿਓ ਫਿਰ ਸ਼ੇਅਰ ਦਿਖਾ ਦਿਓ ਫਿਰ 500 ਘਟਾ ਲਿਓ ਨਾ ਜੀ ਹਾਂਜੀ ਜੇ ਕਿਤੇ ਮਿਲ ਜੇ ਮੈਨੂੰ ਲਿਆ ਕੇ ਦਿਖਾਓ ਜੀ ਮੈਨੂੰ ਲਿਆ ਕੇ ਦੇ ਦੋਗੇ ਹਾਂਜੀ ਹਾਂ ਹੈ ਇਦੋਂ ਸਸਤਾ ਮੈਨੂੰ ਲਿਆ ਕੇ ਦਿਓ ਚਲੀ ਰਿਹਾ ਜੀ ਜਿਹੜਾ ਹੁਣ 190 ਲੀਟਰ ਦਾ ਫ੍ਰਿਜ ਹੈ 14 14.5 ਦੇ ਸਮਥਿੰਗ ਮਿਲ ਰਿਹਾ ਹਾਂਜੀ ਹਾਂ ਆਪਾਂ 12000 ਰੁਪਏ ਦਾ ਦੇ ਦਾਂਗੇ ਜੀ ਜਿਹੜਾ ਵੀਡੀਓ ਸ਼ੇਅਰ ਕਰੂਗਾ ਜਿਹੜਾ ਸ਼ੇਅਰ ਕਰੂਗਾ 12000 ਰੁਪਏ ਦਾ ਫ੍ਰਿਜ ਜੀ 190 ਲੀਟਰ ਦੇ ਸਮਥਿੰਗ ਹੋਰ ਬਹੁਤ ਪੈਸੇ ਨਹੀਂ ਜੇ ਨਾ ਸ਼ੇਅਰ ਕੀਤੀ ਫਿਰ ਤਾਂ 500 ਵੱਧ ਲੈਣੀ ਪਊਗਾ 500 ਤਾਂ ਨਹੀਂ ਕਮਾਉਣਾ ਹੀ ਕਮਾਉਣਾ ਕਹਿੰਦੇ ਜਿਹੜਾ ਸ਼ੇਅਰ ਨਹੀਂ ਕਰੂਗਾ ਆਪਾਂ 10,500 ਦੀ ਦਵਾਂਗੇ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 10,000 ਰੁਪਏ ਦੀ ਲੈ ਮਿੱਤਰੋ ਖਿੱਚ ਦੋ ਕੰਮ 500 ਰੁਪਿਆ ਸ਼ੇਅਰ ਕਰਨ ਨਾਲ ਇੱਕ ਬਟਨ ਦੱਬਣ ਨਾਲ ਫਾਇਦਾ ਹੋ ਜਾਊਗਾ ਹੋਰ ਕੀ ਭਾਲ ਦੇਵੋਗੇ ਬਾਈ ਜੀ ਜਿਵੇਂ ਹੁਣ ਇਹ ਪਜਾਜ ਦਾ ਪੱਖਾ ਤੁਹਾਨੂੰ ਦਿਖ ਰਿਹਾ ਹੈ ਹਾਂਜੀ ਇਹ ਡਿਸਟ੍ਰੀਬਿਊਟਰ ਪ੍ਰਾਈਸ ਵੀ ਜੇ ਆਪਾਂ ਦੇਖੇ 1400 ਰੁਪਏ ਦੇ ਕੰਮ ਸਮਥਿੰਗ ਹੈ ਅੱਛਾ ਮਤਲਬ ਦੁਕਾਨਦਾਰ ਨੂੰ ਵੀ 1400 ਰੁਪਏ ਆਉਂਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੌਂਗੋਵਾਲੀ ਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਲੈ ਵੀ ਗਿਫਟ ਲੈ ਕੇ ਆਏ ਆ ਤੋਹਫੇ ਲੈ ਕੇ ਆਏ ਆ ਇੱਕ ਤਾਂ ਬੰਦਾ ਕਹਿ ਜਾਂਦਾ ਹੁੰਦਾ ਹੋ ਸਕਦਾ ਕਦੇ ਮੈਂ ਵੀ ਕਹਾਂ ਵੀ ਮੈਂ ਫੈਕਟਰੀ 'ਚ ਖੜਾ ਐਦੂ ਸਸਤਾ ਮਾਲ ਕਿਤੇ ਨਹੀਂ ਮਿਲਣਾ ਪਰ ਇੱਥੇ ਮੈਂ ਫੈਕਟਰੀਆਂ 'ਚ ਖੜਾਂਗਾ ਕਹਿਣ ਤੋਂ ਭਾਵ ਬਹੁਤ ਸਾਰੀਆਂ ਫੈਕਟਰੀਆਂ ਦਾ ਮਾਲ ਇੱਥੇ ਬਹੁਤ ਸਾਰੀਆਂ ਕੰਪਨੀਆਂ ਦਾ ਐ ਲਾ ਲਓ ਵੀ ਆਹ ਤੁਸੀਂ 2400 ਦੇ ਇੰਡਕਸ਼ਨ ਚੁੱਲ੍ਹੇ ਆਮ ਤੌਰ ਤੇ 2400 ਦੇ ਸੁਣੇ ਹੁੰਦੇ ਨੇ ਦੇਖੇ ਹੁੰਦੇ ਨੇ ਖਰੀਦੇ ਹੁੰਦੇ ਨੇ ਇੱਥੇ ਤੁਸੀਂ ਹੈਰਾਨ ਹੋ ਜਾਓਗੇ ਸੋਚਿਆ ਵੀ ਨਹੀਂ ਹੋਣਾ ਜਿਹੜਾ ਰੇਟ ਤੁਹਾਨੂੰ ਅੱਜ ਕੱਲਾ ਇਹਦਾ ਨਹੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵੀਡੀਓ 'ਚ ਦਿਖਾਉਣ ਵਾਲੀਆਂ ਨੇ ਦਿਖਾ ਸਕਾਂਗੇ ਤੇ ਬਹੁਤ ਸਾਰੀਆਂ ਸ਼ਾਇਦ ਦੱਸ ਵੀ ਨਾ ਸਕੇ ਕਿਉਂਕਿ ਇੰਨਾ ਕੁ ਮਾਲ ਆ ਜੇ ਸਾਰਾ ਦੱਸਣ ਲੱਗੇ ਘੱਟੋ ਘੱਟ 5 ਘੰਟਿਆਂ ਦੀ ਵੀਡੀਓ ਬਣੂਗੀ ਆਪਾਂ ਗੱਲਬਾਤ ਕਰਦੇ ਆ ਇਹਦਾ ਵੀ ਰੇਟ ਦੱਸਾਂਗੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਪੱਖੇ ਗੈਸੀ ਚੁੱਲ੍ਹੇ ਮਿਕਸੀਆਂ ਫਰਿੱਜ ਏਸੀ ਲੱਲਾ ਬੱਬਾ ਬਹੁਤ ਕੁਛ ਆ ਕੀ ਗਣਾ ਦੀਏ ਐਲਸੀਡੀਆਂ ਪਹਿਲਾਂ ਆਪਾਂ ਸਵਾਗਤ ਕਰ ਲਈਏ ਵੀਰ ਬਰਿੰਦਰ ਸਿੰਘ ਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗੋਬਿੰਦ ਸਿੰਘ ਜੀ ਸਵਾਗਤ ਹੈ ਜੀ ਲੌਂਗੋਵਾਲੀ ਆ ਪੇਜ ਤੇ ਥੈਂਕ ਯੂ ਵੀਰ ਜੀ ਤੁਹਾਡਾ ਠੀਕ ਠਾਕ ਹੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕੰਮ ਧੰਦਾ ਕਿਵੇਂ ਹੈ ਜੀ ਬਸ ਠੀਕ ਹੈ ਵੀਰ ਜੀ ਅੱਜ ਦੀ ਚੁੱਲ੍ਹੇ ਦੀ ਗੱਲ ਕਰੀਏ ਇਹ ਦੱਸਾਂਗੇ ਬਾਅਦ ਚ ਪਹਿਲਾਂ ਇੱਥੋਂ ਸ਼ੁਰੂ ਕਰ ਦਈਏ ਕਿਉਂਕਿ ਗਰਮੀ ਆ ਰਹੀ ਆ ਸਭ ਤੋਂ ਵੱਧ ਲੋੜ ਆ ਇਹਨਾਂ ਪੱਖਿਆਂ ਦੀ ਜੀ ਹਾਂਜੀ ਹਾਂਜੀ ਇਹ ਤੁਸੀਂ ਕਿੰਨਾ ਦੇਵੋਗੇ ਤੇ ਮਾਰਕੀਟ 'ਚ ਇਹਨਾਂ ਦਾ ਕੀ ਰੇਟ ਆ ਸ਼ੇਅਰ ਕਰਨ ਵਾਲੇ ਨੂੰ ਕੀ ਦੇਵੋਗੇ ਇਹ ਵੀ ਬਾਅਦ ਦੇ ਵਿੱਚ ਜ਼ਰੂਰ ਦੱਸ ਦਿਓ ਪਹਿਲਾਂ ਤਾਂ ਇਹਨਾਂ ਦਾ ਰੇਟ ਦੱਸੋ ਵੀ ਕਿਹੜੀ ਕੰਪਨੀ ਦਾ ਮਾਲ ਆ ਕੀ ਰੇਟ ਆ ਬਾਈ ਜੀ ਜਿਵੇਂ ਹੁਣ ਇਹ ਪਜਾਜ ਦਾ ਪੱਖਾ ਤੁਹਾਨੂੰ ਦਿਖ ਰਿਹਾ ਹੈ ਹਾਂਜੀ ਇਹ ਡਿਸਟ੍ਰੀਬਿਊਟਰ ਪ੍ਰਾਈਸ ਵੀ ਜੇ ਆਪਾਂ ਦੇਖੇ 1400 ਰੁਪਏ ਦੇ ਕੰਮ ਸਮਥਿੰਗ ਹੈ ਅੱਛਾ ਮਤਲਬ ਦੁਕਾਨਦਾਰ ਨੂੰ ਵੀ 1400 ਰੁਪਏ ਆਉਂਦਾ ਹੈ ਹਾਂਜੀ ਆਪਾਂ 1100 ਰੁਪਏ ਦਾ ਬਿਆਜ ਸ਼ੁਰੂ ਕਰ ਦਾਂਗੇ ਜੀ ਵਿੱਚੀ ਸਿਸਕਾ ਹੋ ਗਿਆ ਵਿੱਚੀ ਬੀਪੀਐਲ ਦਾ ਮਾਲ ਪਿਆ ਜੀ ਪੱਕੇ ਨਾਲੇ ਸਾਰੇ ਪਿਓਰ ਕਾਪਰ ਚ ਹੋਣਗੇ ਓਕੇ ਸਾਰੇ ਪਿਓਰ ਕਾਪਰ ਜੀ ਤਾਂਬੇ ਚ ਬਈ ਜਮਾ ਪਿਓਰ ਤਾਂਬੇ ਚ ਐ ਨਹੀਂ ਹੈਗਾ ਵੀ ਸਿਲਵਰ ਦੇ ਹੋਣਗੇ ਬਾਜ਼ਾਰ ਚੋਂ ਪਤਾ ਕਰਕੇ 300 ਰੁਪਇਆ ਘੱਟ ਦੇ ਜਿਓ ਜੀ ਲੈ ਵੀ ਦੋਸਤੋ ਗੱਲ ਆਇਆ ਵੀ ਆਹਾ ਜਿਹੜਾ ਪੱਖਾਗਾ ਨਾ ਇਹ ਜੇ 1400 ਦਾ ਮਿਲਦਾ ਬਾਜ਼ਾਰ ਚ ਤਾਂ ਤੁਸੀਂ ਕਿੰਨੇ ਦਾ ਦੇਵੋਗੇ ਜੀ ਬਸ 300 ਰੁਪਇਆ ਘੱਟ ਕਰਕੇ ਦੇ ਦਾਂਗੇ ਜਿੱਥੇ ਮਰਜ਼ੀ ਰੇਟ ਇਮਾਨਦਾਰੀ ਨਾਲ ਆ ਕੇ ਦੱਸ ਦਿਓ ਸਿਸਕਾ ਪਿਆ ਬੀਪੀਐਲ ਰਿਲੈਕਸੋ ਸਾਰੀਆਂ ਕੰਪਨੀਆਂ ਦਾ ਮਾਲ ਪਿਆ ਦੁਕਾਨਦਾਰ ਵੀਰ ਵੀ ਆ ਜਾਣ ਇੰਨਾ ਮਾਰਜਨ ਦੁਕਾਨਦਾਰਾਂ ਕੋਲੇ ਵੀ ਨਹੀਂ ਹੋਣਾ ਉਹ ਵੀ ਇੱਥੋਂ ਜਿੰਨਾ ਮਰਜ਼ੀ ਚਾਹੇ 200 ਪੱਖਾ ਚੱਕ ਲੈਣਾ ਨਾ ਮੈਂ ਕਹਣਾ ਜੀ ਹਲੇ ਸਟਾਕ 'ਚ ਚਾਹੇ 500 ਚੱਕ ਲੈਣ 1000 ਚੱਕ ਲੈਣ ਅੱਛਾ ਵਾਧੂ ਪਿਆ ਜਿਹੜਾ ਸਟਾਕ ਪਿਆ ਵਾਧੂ ਪਿਆ ਜੀ ਮਾਲ ਉਹਨਾਂ ਚਿਰ ਇਸ ਤੋਂ ਇਲਾਵਾ ਇਹ ਮਿਕਸਿਸ ਯਾਰ ਰੱਖਿਆ ਤੁਸੀਂ ਨੇ ਇਹ ਕੋਈ ਵੱਡੇ ਆਫਰ 'ਚ ਲੱਗਦੀ ਹੈ ਨਾ ਜੀ ਵੱਡੇ ਆਫਰ 'ਚ ਪਹਿਲਾਂ ਆਪਾਂ ਨੇ ਗੋਬਿੰਦ ਸਿੰਘ ਜੀ ਇਹ 1200 ਦੀ ਬੋਲੀ ਸੀ ਹਾਂਜੀ ਹਾਂ ਹੁਣ ਇਹ 1000 ਰੁਪਏ ਦੀ ਦਵਾਂਗੇ ਜੀ ਲੈ ਵੀ ਮਿੱਤਰੋ ਆਹ ਤਿੰਨ ਜੱਗ ਜੇ ਨਾਲ ਲੈ ਵੀ ਕਿਤੋਂ ਲੈ ਕੇ ਦਿਖਾ ਦਿਓ ਮੈਨੂੰ ਲੱਗਾ 1500 1600 ਤੋਂ ਘੱਟ ਨਹੀਂ ਮਿਲਦੀ ਆਉਂਦੀ ਜੀ ਹੈ ਬਿਲਕੁਲ ਨਹੀਂ ਆਉਂਦੀ ਯਾਰ ਇਸ ਕੰਪਨੀ ਹੋਰ ਚੀਜ਼ਾਂ ਦੇ ਰੇਟ ਦੱਸੋ ਜੀ ਵਾਸ਼ਿੰਗ ਮਸ਼ੀਨ ਆ ਕਿੰਨੇ ਦੀਆਂ ਨੇ ਤੁਹਾਡੇ ਕੋਲ ਵਾਸ਼ਿੰਗ ਮਸ਼ੀਨ ਜਿਵੇਂ ਪਹਿਲਾਂ ਆਪਣੇ ਕੋਲੇ ਪਿਛਲੀ ਵਾਰੀ ਕੈਲਕੂਲੇਟਰ ਦਿਖਾਈ ਸੀ ਆਪਾਂ ਹੁਣ ਇਸ ਟਾਈਮ ਆਪਣੇ ਕੋਲ ਈ ਸਟਾਰ ਦੀ ਮਸ਼ੀਨ ਆਈ ਹੈ ਜੀ 9.5 ਕਿਲੋ ਦੀ ਅੱਛਾ ਜੀ ਆਪਾਂ 10,500 ਦੀ ਦਵਾਂਗੇ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 10,000 ਰੁਪਏ ਦੀ ਲੈ ਮਿੱਤਰੋ ਖਿੱਚ ਦੋ ਕੰਮ 500 ਰੁਪਿਆ ਸ਼ੇਅਰ ਕਰਨ ਨਾਲ ਇੱਕ ਬਟਨ ਦੱਬਣ ਨਾਲ ਫਾਇਦਾ ਹੋ ਜਾਊਗਾ ਹੋਰ ਕੀ ਭਾਲ ਦੇਵੋਗੇ ਤੇ ਵੈਸੇ ਮਾਰਕੀਟ ਦੇ ਰੇਟ ਕੀ ਹੋਊਗਾ ਜਿਹਦਾ ਘੱਟੋ ਘੱਟ 14,000 ਰੁਪਏ ਦੀ ਮਸ਼ੀਨ ਹੈ ਜੀ ਇਹ ਅੱਛਾ ਜੀ ਹਾਂਜੀ ਤੁਸੀਂ ਇੰਨੀ ਸਸਤੀ ਦੇਵੋਗੇ ਬਿਲਕੁਲ ਦਵਾਂਗੇ ਜੀ ਆਪਣੇ ਕੋਲੇ ਲਾਟ ਦਾ ਮਾਲ ਆਉਂਦਾ ਜੀ ਆ ਚੁੱਲ੍ਹੇ ਪਏ ਨੇ ਜੀ ਇਹ ਉਹ 3500 ਰੁਪਏ ਦਾ ਚੁੱਲ੍ਹਾ ਜੀ ਹਾਂਜੀ
ਇਹਨੂੰ ਆਪਾਂ 2500 ਰੁਪਏ ਦਾ ਦੇ ਦੇਵਾਂਗੇ ਜੀ। 3 ਬਰਨਲ ਗਲਾਸ ਟਫਨ ਗਲਾਸ ਹੈ ਜੀ ਇਹ। ਲਾਈਕ ਹੈਪੀ ਜੀ ਗੱਲ ਇਹ ਆ ਵੀ ਫਰਿੱਜ ਬਹੁਤ ਸਾਰੇ ਪਏ ਨੇ, ਕੱਲਾ ਕੱਲਾ ਦਿਖਾਉਣਾ ਔਖਾਗਾ। ਮੰਨ ਲਓ ਜਿਹੜਾ ਫਰਿੱਜ ਮਾਰਕੀਟ ਚ 15000 ਦਾ, ਤੁਸੀਂ ਕਿੰਨਾ ਲੈਸ ਦਿਓਗੇ? ਮਿਲ ਹੀ ਰਿਹਾ ਜੀ, ਜਿਹੜਾ ਹੁਣ 190 ਲੀਟਰ ਦਾ ਫਰਿੱਜ ਹੈ 14-14.5 ਦੇ ਸਮਥਿੰਗ ਮਿਲ ਰਿਹਾ, ਹਾਂਜੀ ਹਾਂ, ਆਪਾਂ 12000 ਰੁਪਏ ਦਾ ਦੇ ਦਾਂਗੇ ਜੀ। ਜਿਹੜਾ ਵੀਡੀਓ ਸ਼ੇਅਰ ਕਰੂਗਾ, ਜਿਹੜਾ ਸ਼ੇਅਰ ਕਰੂਗਾ 12000 ਰੁਪਏ ਦਾ ਫਰਿੱਜ ਜੀ, 190 ਲੀਟਰ ਦੇ ਸਮਥਿੰਗ। ਹੋਰ ਬਹੁਤ ਪੈਸੇ ਨਹੀਂ, ਜੇ ਨਾ ਸ਼ੇਅਰ ਕੀਤੀ ਫਿਰ ਤਾਂ 500 ਵੱਧ ਲੈਣੀ ਪਊਗਾ। 500 ਤਾਂ ਨਹੀਂ, ਕਮਾਉਣਾ ਹੀ ਕਮਾਉਣਾ ਕਹਿੰਦੇ, ਜਿਹੜਾ ਸ਼ੇਅਰ ਨਹੀਂ ਕਰੂਗਾ ਬਾਈ ਐਦੂ ਵੱਧ ਆਫਰ ਨਹੀਂ ਹੋ ਸਕਦਾ। ਤੁਸੀਂ ਆ ਕੇ ਪਹਿਲਾਂ ਰੇਟ ਪੁੱਛ ਲਿਓ, ਫਿਰ ਸ਼ੇਅਰ ਦਿਖਾ ਦਿਓ, ਫਿਰ 500 ਘਟਾ ਲਿਓ ਨਾ ਜੀ। ਹਾਂਜੀ, ਛੋਟੀਆਂ ਚੀਜ਼ਾਂ ਦੀ ਨਹੀਂ, ਕਿਤੇ ਕਹਿ ਦੋ ਮਿਕਸ ਚ ਵੀ 500 ਘਟਾਓ ਨਾ ਜੀ। ਨਾ ਉਹ ਪਹਿਲਾਂ ਪਿਛਲੀ ਵਾਰੀ ਵੀ ਇਹ ਪ੍ਰੋਬਲਮ ਆਈ ਸੀ, ਇਹ ਨਹੀਂ ਹੋਣੀ ਚਾਹੀਦੀ। ਮੈਂ ਬੇਨਤੀ ਕਰਦਾ ਪਲੀਜ਼ ਇਹ ਚੀਜ਼ ਨੂੰ ਧਿਆਨ, ਵੱਡੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਹਜ਼ਾਰਾਂ ਦੇ ਮਾਰਜਨ ਚ ਨੇ। ਹੁਣ ਮੰਨ ਲਓ 700 ਦੀ ਚੀਜ਼ ਦਾ 500 ਬੰਦਾ ਕਿਵੇਂ ਘਟਾ ਰਿਹਾ ਨਾ, ਇਹ ਚਲੋ 1000 ਦੀ ਕਹਿ ਰਹੇ ਹੋ। ਹੁਣ ਜਿਵੇਂ ਪ੍ਰੈਸਟੀਜ ਦੀ ਕੈਟਲ ਹੈ ਜੀ 1400, ਆਈ ਥਿੰਕ 1400 ਦੇ ਕਰੀਬ ਇਹਦੀ MRP ਹੈਗੀ ਹੈ ਜੀ। ਇਹ ਆਪਾਂ ਹੁਣ 450 ਰੁਪਏ ਦੀ ਦਵਾਂਗੇ ਜੀ, 450 ਦੀ ਬਾਈ 1400 ਵਾਲੀ। ਹੁਣ ਇਹ ਤੋਂ ਕੀ 500 ਘਟਾਊ ਬੰਦਾ, ਫਿਰ ਤਾਂ 50 ਰੁਪਏ ਨਾਲ ਦੇਣੇ ਪੈਣਗੇ। ਹਾਂਜੀ ਹਾਂ ਜੀ। ਅੱਛਾ ਹੋਰ ਕੀ ਕੁਸਾ, ਹੁਣ ਆਹ ਚੁੱਲ੍ਹੇ ਦਾ ਦੱਸੋ ਜੀ ਰੇਟ। ਤੁਸੀਂ ਕਹਿੰਦੇ ਵੀ ਇਹਦਾ ਕਮਾਲ ਕਰਿਆ ਪਿਆ ਰੇਟ ਹੈ ਨਾ, ਕੀ ਕਮਾਲ ਕਰਿਆ ਜੀ? ਇਹ ਫਲਿੱਪਕਾਰਟ ਦਾ ਚੁੱਲ੍ਹਾ ਜੀ, ਇੱਥੇ ਚਾਹੇ ਆਹ ਦੇਖੋ ਫਲਿੱਪਕਾਰਟ ਦਾ ਚੁੱਲ੍ਹਾ ਹੈਗਾ, ਗਰੰਟੀ ਵੀ ਹੋਊਗੀ ਜੀ। ਕਿੰਨੇ ਚਿਰ ਦੀ? 1 ਸਾਲ ਦੀ ਜੀ। 1 ਸਾਲ ਦੀ ਗਰੰਟੀ ਆ, ਟੁੱਟੇ ਭੱਜੇ ਦੀ ਕੋਈ ਗਰੰਟੀ ਨਹੀਂ ਹੋਊਗੀ। ਖਰਾਬ ਹੋਏ ਦੀ? ਹਾਂਜੀ ਹਾਂ, ਖਰਾਬ ਹੋਏ ਦੀ 1 ਸਾਲ ਦੀ ਗਰੰਟੀ ਆ। ਇਹ ਕਿੰਨੇ ਦਾ ਮਾਰਕੀਟ ਚੋਂ ਕਿੰਨੇ ਦਾ ਜੀ? ਇਹ ਘੱਟੋ ਘੱਟ 1800-1900 ਆਪਾਂ 1300 ਰੁਪਏ ਦਾ ਦਵਾਂਗੇ। 1300 ਦਾ ਜੀ, 1300 ਦਾ ਸ਼ੇਅਰ ਕਰੂਗਾ ਜਿਹੜਾ ਵੀਡੀਓ। ਨਹੀਂ 15 ਦਾ? ਨਹੀਂ 15 ਦਾ ਜੀ, ਨਹੀਂ ਫਿਰ 1500 ਦਾ ਜੇ ਸ਼ੇਅਰ ਕਰਕੇ ਆਉਂਗੇ ਬਾਈ 1300 ਦਾ ਲੈ ਵੀ। ਨਾਲੇ ਇਹ ਚੁੱਪ ਚਾਪ ਜੇ ਰੋਟੀ ਚਾਹ ਪਾਣੀ ਬਣਾਉਣ ਦਾ ਹੁੰਦਾ, ਇੱਕ ਵੱਡੀ ਗੱਲ 300 ਯੂਨਿਟ ਤਾਂ ਫ੍ਰੀ ਹੈਗੀ ਆ, ਵੱਧੋ ਵੱਧ ਲਿਆ ਲਓਗੇ ਤਾਂ ਨਾ ਜੀ। ਇੱਕ ਤੁਹਾਨੂੰ ਹੋਰ ਚੀਜ਼, ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ ਜੀ ਬਾਈ, ਇਹ ਤੇ ਕਹਿੰਦੇ ਵੀ ਨਜ਼ਾਰਾ ਲਿਆ ਤਾਂ ਆਹ ਚੀਜ਼ਾਂ ਤੇ ਤੁਸੀਂ ਨੇ ਹਨਾ। ਹਾਂਜੀ ਹਾਂ, ਇਹ ਦੱਸੋ ਪਾਈਪ ਜੀ। ਹਾਂਜੀ, ਨੈਟ ਤੇ ਇੱਕ ਤਾਂ ਬੰਦਾ ਆਪਾਂ ਲੈ ਲੈਨੇ ਆ ਸਿੰਪਲ ਜੀ ਪਾਈਪ। ਹਾਂਜੀ ਹਾਂ, ਇਹ ਪਾਈਪ ਇੰਨਾ ਕੁ ਮਜ਼ਬੂਤ ਹੈ ਜੀ, ਇਹ ਘੱਟੋ ਘੱਟ ਵੀ ਬਾਜ਼ਾਰ ਦੇ ਵਿੱਚ 14-15 ਰੁਪਏ ਫੁੱਟ ਮਿਲਦਾ ਜੀ, ਇਹ ਜਾਲੀ ਵਾਲਾ ਪਾਈਪ। ਠੀਕ ਹੈ ਜੀ, ਯਾਨੀ ਕਿ 100 ਫੁੱਟ ਦਾ ਬਾਜ਼ਾਰ ਚੋਂ 1300-1400 ਆਨਲਾਈਨ ਕੱਢ ਕੇ ਦੇਖੋ ਜੀ। ਹਾਂਜੀ, 1300-1400 ਦਾ ਮਿਲੂਗਾ, ਆਪਾਂ 650 ਦਾ ਦੇਵਾਂਗੇ। ਲੈ ਵੀ ਮਿੱਤਰੋ, 50% ਵੀ ਨਹੀਂ, ਮੈਨੂੰ ਤਾਂ ਲੱਗਦਾ 45% ਵੀ ਨਹੀਂ, ਇਹ ਤਾਂ 35% ਰਹਿ ਗਿਆ ਮੋਟਾ ਜਿਹਾ, ਵੀ ਘੱਟ ਹੀ ਰਹਿ ਜੂ ਜੀ ਇਹ ਤਾਂ। ਅੱਛਾ ਜੀ, ਜਿਹੜਾ ਬੰਦਾ ਵੀਡੀਓ ਸ਼ੇਅਰ ਕਰ ਦੂਗਾ ਹਾਂ, ਉਹਨੂੰ ਆ 2500 ਰੁਪਏ ਦਾ ਨਾਲ ਇਹ ਫ੍ਰੀ ਦਵਾਂਗੇ। ਇਹ ਗੱਡੀ ਤੋਂ ਹੁੰਦੇ ਵੀ ਕੰਮ ਆਉਂਦਾ ਜੀ, ਪਲਾਂਟਸ ਵਗੈਰਾ ਨੂੰ ਪਾਣੀ ਦੇਣਾ, 8 ਤਰ੍ਹਾਂ ਦੇ ਪੁਆਇੰਟ ਨੇ ਜੀ। ਅੱਛਾ ਜੀ, ਇਹ ਐਡਜਸਟ ਕਰਕੇ ਜਿਵੇਂ ਮਰਜ਼ੀ ਬੰਦਾ। ਨਹੀਂ, ਹੁਣ ਮੈਨੂੰ ਦੁਬਾਰੇ ਦੱਸੋ ਇਹ ਕਿੰਨੇ ਫੁੱਟ ਦਾ ਪੈਪ ਹੋਊਗਾ? ਇਹ 100 ਫੁੱਟ ਦਾ ਪੈਪ। 100 ਫੁੱਟ ਦਾ ਕਿੰਨੇ ਦਾ? 650 ਰੁਪਏ ਦਾ, 250 ਰੁਪਿਆ ਆ ਮਾਫ ਹੋ ਗਿਆ। ਹਾਂਜੀ, ਇਹ ਨਾਲ ਦਵਾਂਗੇ ਸ਼ੇਅਰ ਕਰਕੇ। ਹਾਂਜੀ ਹਾਂਜੀ, 400 ਦਾ ਰਹਿ ਗਿਆ। ਹਾਂਜੀ, ਜੇ ਕਿਤੇ ਮਿਲ ਜੇ ਮੈਨੂੰ ਲਿਆ ਕੇ ਦਿਖਾਓ ਜੀ। ਮੈਨੂੰ ਲਿਆ ਕੇ ਦੇ ਦੋਗੇ? ਹਾਂਜੀ ਹਾਂ, ਹੈ ਇਦੂ ਸਸਤਾ ਮੈਨੂੰ ਲਿਆ ਕੇ ਦਿਓ, ਲਿਆ ਕੇ ਦਿਓ। 400 ਦਾ ਰਹਿ ਗਿਆ ਬਾਈ, 100 ਫੁੱਟ ਇਦੂ ਸਸਤਾ ਨਹੀਂ ਮਿਲਦਾ, ਜੇ ਮਿਲਦਾ ਬਾਈ ਨੂੰ ਲਿਆ ਦਿਓ, ਨਹੀਂ ਚਾਹੇ ਲੌਂਗਵਾਲ ਤੋਂ 120 ਕਿਲੋਮੀਟਰ ਚੰਡੀਗੜ੍ਹ ਆ, ਉੱਥੇ ਤੱਕ ਲੰਮਾ ਪੈ ਗਿਆ ਨੇ, ਇੰਨਾ ਮਾਲ ਪਿਆ ਗਿਆ ਬਾਈ। ਹਾਂਜੀ ਹਾਂ, ਆਹ ਵੀ ਆ, ਇੱਕ ਹੋਰ ਦੇਖੋ ਗੋਬਿੰਦ ਜੀ। ਹਾਂਜੀ, ਜਿਵੇਂ ਇਹ ਵੱਡਾ, ਇਹ ਛੋਟਾ ਪਾਈਪ ਹੈ, ਇਹਦੇ ਨਾਲ ਨਾਲ ਇਹ ਅਟੈਚ ਹੈ ਜੀ, ਵਿੱਚੀ ਪਾਈਪ ਵਿੱਚੀ ਆਹ ਸਾਰਾ ਪੜ ਗਿਆ। ਇਹ ਸਾਰੀ ਆਪਾਂ 400 ਰੁਪਏ ਦਾ ਦੇ ਦਾਂਗੇ ਜੀ। ਲਓ ਜੀ ਆਹਾ ਵੀਰੇ, ਇਹ ਪਾਈਪ ਉਦੋਂ ਵੀ ਥੋੜਾ ਜਿਹਾ ਚੌੜਾ ਵੀ ਹੈਗਾ, ਇਹ ਸਿਸਟਮ ਆ ਵੀ ਲੱਗਿਆ ਪਿਆ, ਆ ਵੀ ਲੱਗਿਆ ਪਿਆ 400 ਦਾ। ਜਿਹੜਾ ਸਕਰੀਨਸ਼ਾਟ ਦਿਖਾ ਦੂਗਾ ਜੀ ਵੈਸੀ, ਚਾਹੇ ਸ਼ੇਅਰ ਵੀ ਨਾ ਕਰੇ, ਉਹਨੂੰ 50 ਰੁਪਏ ਹੋਰ ਲੈ। 350 ਦਾ ਲੈ ਵੀ, 350 ਦਾ ਬਾਈ, ਜਿਹੜਾ ਵੀਡੀਓ ਦੇਖ ਕੇ ਆਊਗਾ ਸਕਰੀਨਸ਼ਾਟ ਤੁਸੀਂ ਐਸਾ ਲਾ ਲਓ ਜੀ, ਰਿਹਾ ਕਿੰਨੇ ਦਾ? 250 ਦਾ ਕੱਲਾ ਆ, 250 ਦਾ ਰਹਿ ਗਿਆ। ਹਾਂ, ਬਾਕੀ ਪਾਈਪ ਦੇਖ ਲਓ ਕਿਹੜਾ, ਦੋ ਜਾਲੀ ਵਾਲਾ ਪਾਈਪ ਹੈ, ਜਿਹੜੇ ਮਰਜ਼ੀ ਮੋੜੀ ਚੱਲ ਲਓ, 250 350 ਦਾ ਘਟਾਇਆ, ਇਦੋਂ ਵੱਧ ਤਾਂ ਨਹੀਂ ਮੋੜ ਸਕਦੇ ਜੀ, ਨਾਲੇ ਬਾਜ਼ਾਰ ਚੋਂ ਲੈ ਕੇ ਮੋੜ ਕੇ ਦੇਖ ਲਓ। ਬਿਲਕੁਲ ਬਾਈ, ਆਹ ਤਾਂ ਜਮੀ ਬਾਈ ਨੇ ਕਮਾਲ ਕਰਤੀ, ਕਹਿੰਦਾ ਐ ਕੁਛ ਮਰਜ਼ੀ ਕਰ ਲਓ ਲੈ ਬਾਈ, ਇਦੋਂ ਸਸਤਾ ਨਹੀਂ ਮਿਲ ਸਕਦਾ, ਚੱਕ ਲਓ ਮਾਲ। ਕੱਲੀ ਕੱਲੀ ਚੀਜ਼ ਸਸਤੀ ਹੈ ਇੱਥੇ, ਸਾਰੀਆਂ ਚੀਜ਼ਾਂ ਮਿਲਣਗੀਆਂ ਹਨਾ ਜੀ। ਹਾਂਜੀ ਬਿਲਕੁਲ, ਇਹ ਵੀ ਗਲਾਸ ਤੋਂ ਲੈ ਕੇ ਕੌਲੀ ਚਮਚੇ ਵੀ ਦੇ ਦਾਂਗੇ ਜੀ। ਕਦੇ ਹੁਣ ਫੋਰ ਸਟਾਕ ਚ ਹੈ ਨਹੀਂ, ਆਉਂਦਾ ਬਹੁਤ ਕੁਝ ਹੈ ਜੀ। ਆਹ ਬੋਤਲਾਂ ਆਈਆਂ, ਇਹ ਬੋਤਲਾਂ ਵੀ 50% ਲੈਸ ਕਰ ਦਾਂਗੇ ਜੀ, ਚਾਹੇ ਉਹ ਸੈਲੋ ਹੈ, ਚਾਹੇ ਮਿਲਟਨ ਹੈ, ਚਾਹੇ ਬੋਰੋਸਿਲ ਹੈ ਜੀ। ਜੀ ਆਹ ਟੁੱਲੂ ਪੰਪ ਪਏ ਨੇ ਜੀ ਗੋਬਿੰਦ ਜੀ, ਇਹ ਘੱਟੋ ਘੱਟ ਆਨਲਾਈਨ 3100 ਰੁਪਏ ਦਾ ਪੰਪ ਹੈ, ਜਿਵੇਂ ਆਹ ਪਿਆ ਗਿਆ ਕਲੌਸਕਰ ਦਾ। ਅੱਛਾ ਜੀ, ਇਹ ਆਪਾਂ ਦਵਾਂਗੇ ਜੀ 2000 ਰੁਪਏ ਦਾ, 2200 ਦਾ ਦਿੱਤਾ ਜੀ, 2000 ਦਾ। ਹੋਰ ਵੀ ਲੈਸ ਕਰਤਾ ਬਾਈ, ਗਰਮੀ ਦੀਆਂ ਚੀਜ਼ਾਂ ਨੇ ਆਹ, ਟੁੱਲੂ ਟਾਲੂ ਪੰਪ ਹੁਣ ਵੱਧ ਲੋੜ ਪਊ, ਪਾਣੀ ਜ਼ਿਆਦੇ। ਇੱਕੋ ਪੈਡੈਸਟਲ ਫੈਨ ਪਏ ਨੇ ਜੀ। ਹਾਂਜੀ ਹਾਂ, ਜਿਹੜੇ ਖੜੇ ਹੁੰਦੇ ਹੁੰਦੇ ਨੇ ਹਨਾ, ਇਹ ਮੇਰੀ ਅੱਖ ਹੈ ਇਹਨਾਂ ਤੇ, ਮੈਂ ਤਾਂ ਰੇਟ ਪੁੱਛ ਲਿਆ, ਇਹ ਤਾਂ ਤਾਂ ਪਏ ਨੇ ਇੱਧਰ, ਮੈਂ ਕਹੂੰਗਾ ਵੀ ਇੱਧਰ ਆ ਕੇ ਦਿਖਾ ਦਿਓ ਕੀ ਹੁੰਦਾ ਗਾ ਹਨਾ। ਆਓ ਜੀ, ਪੈਡੈਸਟਲ ਫੈਨ ਆਜੋ ਜੀ, ਮੈਂ ਦਰਸ਼ਕੋ ਆ ਚੀਜ਼ ਹੁੰਦੀ ਆ,
ਇਹ ਚੀਜ਼ ਹੁੰਦੀ ਆ, ਕਈ ਕੰਪਨੀਆਂ ਦਾ ਮਾਲ ਪਿਆ ਹੈਗਾ, ਹੁਣ ਇਹਦਾ ਤੁਸੀਂ ਰੇਟ ਦੱਸ ਦੋ ਜੀ ਕੀ ਹੈਗਾ। ਇਹ ਪਹਿਲਾਂ ਤਾਂ ਮਾਰਕੀਟ ਹੈ ਜੀ ਤਕਰੀਬਨ, ਇਹ ਜਿਹੜਾ ਆਨਲਾਈਨ ਹੋਊਗਾ ਮੈਨੂੰ ਲੱਗਦਾ 4000 ਦੇ ਸਮਥਿੰਗ ਹੈਗਾ, ਊਸ਼ਾ ਦਾ ਨੀਅਰ ਅਬਾਊਟ 3000 ਦੇ ਸਮਥਿੰਗ ਹੈਗਾ। ਆਪਾਂ ਜਿਹੜਾ ਮਰਜ਼ੀ ਪੱਖਾ ਲੈ ਕੇ ਜਾਊਗਾ ਜੀ, ਇਹ 2500 ਰੁਪਏ ਦਾ ਦੇਵਾਂਗੇ, ਜਿਹੜਾ ਵੀਡੀਓ ਸ਼ੇਅਰ ਕਰੂਗਾ ਉਹਨੂੰ 2200 ਦਾ ਦੇਵਾਂਗੇ। ਲੈ ਵੀ ਬਾਈ ਜਿਹੜਾ ਮਰਜ਼ੀ ਲੈਣਾ, ਨਾਲੇ 2200 ਦਾ ਦੋ ਰੇਟ ਨੇ, ਉਹ ਸ਼ੇਅਰ ਕਰਨ ਵਾਲੇ ਨੂੰ ਇੱਕ ਆ, ਦੂਜੇ ਨੂੰ ਵੈਸੇ ਆ, ਇੱਕ ਆ ਪੱਖੇ ਪਏ ਨੇ ਡਿਜ਼ਾਈਨ ਵਾਲੇ। ਹਾਂਜੀ ਹਾਂ, ਇਹਨਾਂ ਦੇ ਫਰੰਟ ਡਿਜ਼ਾਈਨ ਆ ਰਿਲੈਕਸੋ ਦਾ ਮਾਡਲ ਹੈ ਜੀ, ਇਹ ਮਹਿੰਗੀਆਂ ਮਹਿੰਗੀਆਂ ਬੜੀਆਂ ਬੜੀਆਂ ਕੋਠੀਆਂ 'ਚ ਆ ਲੱਗੇ ਦੇਖਦੇ ਹੋਗੇ ਆ ਡਿਜ਼ਾਈਨ ਦੇ ਘੇਂਟ ਦੇ, ਇਹ ਰਿਲੈਕਸੋ ਦੇ ਨੇ ਨਾ ਜੀ, ਗਰੰਟੀ ਵਾਰੰਟੀ ਨਾਲ ਹੈ ਜੀ। 1750-1800 ਰੁਪਏ ਦਾ ਫੈਨ ਹੈ ਜੀ ਇਹ, 1200 ਰੁਪਏ ਦਾ ਦਵਾਂਗੇ, 1200 ਦਾ ਸ਼ੇਅਰ ਕਰਨ ਵਾਲੇ ਨੂੰ। ਬਸ ਹੁਣ ਇਹ ਤਾਂ ਕੱਟ ਨਹੀਂ, ਸ਼ੇਅਰ ਕਰਨ ਵਾਲੇ ਨੂੰ 1200 ਦਾ ਨਹੀਂ, 50 ਹੋਰ ਕੱਟ ਕਰ ਦਾਂਗੇ ਜੀ। ਅੱਛਾ, ਹੋਰ ਕੱਟ ਕਰ ਦੋਗੇ ਲੋਕ, ਹੋਰ ਕੀ ਭਾਲਦੇ ਹੋ ਵੀ ਬਾਈ। ਆ ਦੇਖੋ ਜੀ, ਮੈਂ ਕਿਚਨ ਗੀਜ਼ਰ ਹੈਗੇ ਸੀ ਜੀ, ਜਿਹੜਾ ਮਰਜ਼ੀ ਦੇਖੋ ਆਪਣੇ ਕੋਲ, ਹੈਵਲ ਬਜਾਜ ਸਾਰੀ ਪਏ ਨੇ ਜੀ, ਜੋ ਵੀ ਹੈ ਓਰੀਐਂਟ ਵਗੈਰਾ, ਜਿਹੜਾ ਮਰਜ਼ੀ ਲੈ ਜਾਓ। 3 ਲੀਟਰ ਦਾ 2000 ਰੁਪਏ ਦਾ ਜੀ। ਲੈ ਵੀ ਬਾਈ, ਮੈਨੂੰ ਲੱਗਦਾ ਇਹ 3000 ਦਾ ਤਾਂ ਹੋਊਗਾ ਜੀ, ਬਿਲਕੁਲ ਹੈਗਾ ਜੀ 2000 ਦਾ ਦੇਈ ਜਾਂਦੇ ਨੇ 2000 ਰੁਪਏ ਦਾ। ਦਰਸ਼ਕੋ, ਸਮਾਨ ਬਹੁਤ ਆ, ਹਰੇਕ ਚੀਜ਼ ਆ ਘਰ 'ਚ, ਹਰੇਕ ਹੋਰ ਚੀਜ਼ ਦਿਖਾਉਣੀ ਜੀ, ਗਰਮੀਆਂ ਦੀ ਆਈਟਮ ਤੁਹਾਨੂੰ ਦਿਖਾਓ ਜੀ, ਦਿਖਾਓ ਦਿਖਾਓ, ਗਰਮੀਆਂ ਵਾਲਾ ਬਹੁਤ ਜ਼ਰੂਰੀ ਆ ਮਾਲ, ਐਡਾ ਕਿ ਡੰਪ ਭਰਿਆ ਪਿਆ ਇਹਨਾਂ ਦਾ ਵੀ ਤੁਸੀਂ। ਹਾਂ, ਆ ਤਾਂ ਬੜੀ ਲੋੜ ਆ ਇਨਵਰਟਰ, ਇਨਵਰਟਰ ਨੇ ਜੀ ਇਹ, ਲੂਮੀਨਸ ਦੇ, ਲੂਮੀਨਸ ਦੇ ਜੀ। ਮੈਂ ਬੋਲ ਕੇ ਦੱਸਦਾ ਜੀ, ਮਾਡਲ ਕੱਢ ਲਿਓ, ਸਰਚ ਕਰ ਲਿਓ, ਪੁੱਛ ਲਿਓ। ਇਹ ਲੂਮੀਨਸ ਦਾ 1100 ਜਿਲੋ ਮਾਡਲ ਹੈ ਜੀ, ਜਿਲੋ ਪਿਆ ਜੀ, ਆਨਲਾਈਨ 7600 ਰੁਪਏ ਦਾ ਜੀ, ਆਪਾਂ ਦਵਾਂਗੇ 4000 ਰੁਪਏ ਦਾ ਜੀ, ਜੇ ਮਾੜਾ ਮੋਟਾ ਕੋਈ ਸਕ੍ਰੈਚ ਹੋਊਗਾ ਉਹ ਦਵਾਂਗੇ 3500 ਦਾ, ਨਾਲੇ 1 ਸਾਲ ਦੀ ਗਰੰਟੀ ਵੀ ਦਵਾਂਗੇ ਜੀ, ਨਾਲੇ ਵੀਡੀਓ ਸ਼ੇਅਰ ਕਰਕੇ ਆ ਜਿਓ ਬਾਈ, ਫੇਰ ਮਿਲੂਗਾ ਨਾ ਸਸਤਾ। ਹਾਂਜੀ ਹਾਂ, ਇੱਕ ਆ ਪਿਆ ਜੀ। ਅੱਛਾ ਜੀ, ਇਹ 6.5 ਇਹ ਨਾਲੇ ਸਾਈਨ ਵੇਵ ਨੇ ਜੀ, ਜਦੋਂ ਆਵਾਜ਼ ਨਹੀਂ ਕਰਨ ਲੱਗ ਜਾਂਦਾ, ਲਾਈਟ ਚਲੀ ਜਾਂਦੀ ਹੈ, ਆਵਾਜ਼ ਨਹੀਂ ਕਰੂਗੇ। ਅੱਛਾ ਜੀ, ਚੁੱਪਚਾਪ ਸਾਇਲੈਂਟ ਜਮਾ ਹੀ। ਹਾਂਜੀ ਹਾਂ, ਅੱਛਾ ਜੀ, ਜਿਹੜੇ ਇਹ ਹੈਗਾ ਜੀ, ਇਹ ਸਮਝ ਲਓ 650 ਵੀ ਹੈ, ਇਹ ਵੀ ਸਾਈਨ ਵੇਵ ਹੈ ਜੀ। ਅੱਛਾ ਜੀ, ਇਹ ਸਿਰਫ ਆਪਾਂ 2200 ਰੁਪਏ ਦਾ ਦਵਾਂਗੇ ਜੀ। ਲੈ ਵੀ ਮਿੱਤਰੋ, ਇਨਵਰਟਰ ਇੰਨੇ ਸਸਤੇ, ਉਹ ਪੁਰਾਣਾ ਵੀ ਮਿਲਦੇ ਜਨਾਬ, ਪੁਰਾਣਾ ਉਹ ਵੀ ਲੰਮੀ ਲੱਗਦੇ ਜੀ। ਹਾਂਜੀ ਹਾਂ, ਉਹ ਪੁਰਾਣਾ ਵੀ ਨਹੀਂ ਮਿਲਦਾ, ਮਿੱਤਰੋ ਨਹੀਂ ਮਿਲਦੇ। ਅੱਛਾ ਜੀ, ਆਪਾਂ ਹੁਣ ਬਹੁਤੀ ਲੰਮੀ ਵੀਡੀਓ ਲਾਉਣ ਨਾਲੋਂ ਐਲਈਡੀਆਂ ਦੱਸ ਦਿਓ ਕਿੰਨੇ ਕੀ ਦੇ ਦੋਗੇ। ਐਲਈਡੀ ਜਿਹੜੀ ਆਪਾਂ 8500 ਦੀ ਪਿਛਲੀ ਵਾਰੀ ਕੀਤੀ ਸੀ, ਸਮਾਰਟ ਫੋਨ ਨਾਲ ਅਟੈਚ ਹੁੰਦੀ, 32 ਇੰਚ 32 ਇੰਚ 8000 ਰੁਪਏ ਦੀ ਦਵਾਂਗੇ ਜੀ, ਜਿੰਨਾ ਕਿ ਚਿਰ ਸਟਾਕ ਤੇ ਆਪਣੇ ਕੋਲੇ। ਵੀਡੀਓ ਸ਼ੇਅਰ ਕਰਕੇ ਆ ਜਿਓ। ਨੀਅਰ ਅਬਾਊਟ ਜਿਹੜੀ ਵੀ ਉਹ ਐਲਈਡੀਆਂ ਨੇ, ਕੋਈ 11000 ਆ ਆਨਲਾਈਨ, ਕੋਈ 11500 ਦੀ, ਆਪਣੇ ਕੋਲੇ 8000 ਰੁਪਏ ਦੀ ਜਿਹੜੀ ਮਰਜ਼ੀ ਲੈ ਲੈ ਕਸਟਮਰ। ਲੈ ਵੀ ਮਿੱਤਰੋ, ਕੀ ਦੱਸੀ ਜਾਈਏ, ਕੀ ਦਿਖਾਈ ਜਾਈਏ, ਤੁਸੀਂ ਵੀ ਅੱਕ ਜਾਓਗੇ, ਅੱਕਦੇ ਨਹੀਂ ਕਿਉਂਕਿ ਸਮਾਨ ਇੰਨਾ ਘੈਂਟਾ, ਪਰ ਅਸੀਂ ਥੱਕ ਜਾਾਂਗੇ ਇੰਨੀ ਲੰਮੀ ਵੀਡੀਓ ਪਹਿਲਾਂ ਬਣਾਉਣ ਤੇ ਫਿਰ ਐਡਿਟ ਕਰਨ ਤੇ। ਹਨਾ, ਪਹਿਲਾਂ ਵੀ ਜਦੋਂ ਤੁਸੀਂ ਵੀਡੀਓ ਬਣਾਈ ਆ, ਮੈਂ ਸਾਰਾ ਸਮਾਨ ਦਿੱਤਾ ਹੈ ਕਸਟਮਰ ਨੂੰ ਜੀ, ਬਿਲਕੁਲ ਦਿੱਤਾ। ਹਾਂਜੀ, ਫੋਨ ਆਏ ਨੇ ਮੈਨੂੰ, ਬਿਲਕੁਲ ਰੇਟ ਕਹਿੰਦੇ ਵੀ ਮਾਲ ਵੀ ਵਧੀਆ ਹੈ ਤੇ ਰੇਟ ਵੀ ਦੱਸਿਆ ਜੋ ਉਹ ਮਿਲਿਆ ਵਧੀਆ ਰੇਟ ਮਾਰਕੀਟ ਨਾਲੋਂ। ਲਓ ਜੀ, ਹੈਪੀ ਜੀ ਧੰਨਵਾਦ ਤੁਹਾਡਾ, ਸਮਾਨ ਬਹੁਤ ਵਧੀਆ, ਜਿਹੜੀਆਂ ਚੀਜ਼ਾਂ ਆਪਾਂ ਦਿਖਾ ਨਹੀਂ ਸਕੇ ਉਹ ਤੁਹਾਨੂੰ ਫੋਨ ਆਉਣਗੇ, ਦੱਸ ਦਿਓ ਭਾਈ ਮੇਰੇ ਕੋਲੇ ਕੀ ਬਹੁਤ ਕੁਝ ਪਿਆ ਜੀ, ਆਪ ਨੂੰ ਵੀ ਨਹੀਂ ਪਤਾ, ਆਪ ਵੀ ਭੁੱਲੇ ਦਾ, ਅਗਲਾ ਬੋਲਦਾ ਹੋਵੇ। ਆਹ ਦੇਖੋ, ਬੀਪੀਐਲ ਦਾ ਪੱਖੇ ਪਏ ਨੇ ਜੀ, 1100 ਰੁਪਏ ਦਾ ਫੈਨ, ਬਾਕਸ ਪੇਟੀ ਪੈਕ ਮਾਲ ਹੈ ਜੀ ਬੀਪੀਐਲ ਦਾ, ਕਾਪਰ ਚ, ਕਾਪਰ ਚ ਪੱਖੇ ਇਹਨਾਂ ਕੋਲੇ ਸਾਰੇ ਕਾਪਰ ਦੇ ਨੇ, ਕੂਲਰ ਵੀ ਪਏ ਨੇ, ਹਾਂਜੀ ਬਹੁਤ ਫ੍ਰਿਜ ਵੀ ਪਏ ਨੇ, ਐਲਈਡੀਆਂ ਵੀ ਪਈਆਂ ਨੇ। ਇੱਕ ਹੋਰ ਆਫਰ ਦੇ ਦਿੰਦੇ ਆ ਜੀ, ਚਲੋ ਜਾਂਦੇ ਹੋਏ, ਹਾਂਜੀ ਦੱਸੋ। ਜਿਵੇਂ 25 ਲੀਟਰ ਦਾ ਗੀਜ਼ਰ ਹੈ ਜੀ, ਜਿਹੜੀ ਮਰਜ਼ੀ ਕੰਪਨੀ ਦਾ, ਜਿੱਥੋਂ ਤੁਹਾਨੂੰ ਆਇਆ ਲੱਗਦਾ ਵੀ ਇੱਥੋਂ ਸਸਤਾ ਮਿਲਦਾ ਜੀ, ਸਾਰੇ ਬਾਜ਼ਾਰ ਚੋਂ ਪਤਾ ਕਰਿਓ, 25 ਲੀਟਰ ਦੇ ਗੀਜ਼ਰ ਪਿੱਛੇ 1500 ਰੁਪਏ ਘੱਟਦੇ ਜੋ, ਇਮਾਨਦਾਰੀ ਨਾਲ ਆ ਕੇ ਦੱਸ ਦਿਓ, ਇਮਾਨਦਾਰੀ ਨਾਲ ਬਿਲਕੁਲ ਠੀਕ ਹੈ ਜੀ। 15 ਲੀਟਰ ਦੇ ਗੀਜ਼ਰ ਪਿੱਛੇ 1000 ਰੁਪਏ ਘੱਟਦੇ ਦਿਓ, ਜਿੰਨਾ ਚਿਰ ਸਟਾਕ 'ਚ ਮਾਲ ਪਿਆ। ਲਓ ਵੀ ਮਿੱਤਰੋ, ਫੋਨ ਕਰਕੇ ਪੁੱਛ ਲਿਓ ਵੀ ਆਹ ਗੀਜ਼ਰ ਪਿਆ, ਰੇਟ ਪੁੱਛ ਆਇਓ ਇਮਾਨਦਾਰੀ ਨਾਲ ਆ ਕੇ ਬਾਈ, ਇਹ ਇਮਾਨਦਾਰੀ ਨਾਲ ਗਰੰਟੀ ਵਾਰੰਟੀ, ਇਹ ਇਮਾਨਦਾਰੀ ਨਾਲ ਚੀਜ਼ ਦਿਓ ਤੁਹਾਨੂੰ, ਤੁਸੀਂ ਇਮਾਨਦਾਰੀ ਨਾਲ ਆ ਕੇ ਮਾਰਕੀਟ ਰੇਟ ਦੱਸ ਦਿਓ, ਉਦੋਂ 1500 ਤੇ 1000 ਸਸਤਾ ਮਿਲੂਗਾ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਜੇ ਚੀਜ਼ ਨਹੀਂ ਲੈਣੀ ਬਈ ਤਾਂ ਵੀ ਕਰ ਦਿਓ, ਇੱਕ ਤਾਂ ਤੁਹਾਡੇ ਕਿਸੇ ਮਿੱਤਰ ਸਨੇਹੀ ਸੱਜਣ ਨੂੰ ਇਹ ਚੀਜ਼ਾਂ ਦਾ ਸੁਨੇਹਾ ਪਹੁੰਚੂ ਭਾਈ। ਲੌਂਗੋਵਾਲ ਸ਼ੈਲੂ ਡਾਕਟਰ ਦੇ ਹਸਪਤਾਲ ਦੇ ਕੋਲੇ ਪ੍ਰਿੰਸ ਇਲੈਕਟ੍ਰੋਨਿਕਸ ਵਾਲੇ ਇੰਨਾ ਮਾਲ ਸਸਤਾ ਦਿੰਦੇ ਨੇ ਹਨਾ, ਇੱਕ ਤਾਂ ਸੁਨੇਹਾ ਪਹੁੰਚੂ ਤੁਹਾਡਾ, ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਅਗਲੇ ਦਾ ਫਾਇਦਾ ਹੋ ਜੂ, ਨਹੀਂ ਚੀਜ਼ਾਂ ਲੈਣੀਆਂ ਨੇ ਤਾਂ ਸ਼ੇਅਰ ਕਰਕੇ ਡਿਸਕਾਊਂਟ ਮਿਲ ਜੂਗਾ। ਬਿਲਕੁਲ ਜੀ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਹੈਪੀ ਜੀ, ਇੰਨਾ ਕੀਮਤੀ ਸਮਾਂ ਦਿੰਦੇ ਹੋ, ਸਾਡੇ ਜੋ ਵੀ ਸਾਨੂੰ ਫੇਸਬੁੱਕ ਤੇ ਪਿਆਰ ਦਿੰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ।